ਜੱਸਾ ਵੱਲ ਉੱਠੇ ਰੱਖ ਲਓ 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 ਸਵਾਲ ਕਬੱਡੀ ਦਾ ਹਾਏ ਹੋ ਰੱਬਾ 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 ਉਹ ਕੋਈ ਗੱਲ ਨੀ ਭੱਜ ਕੇ ਹਟਾਈ ਮਿੱਤਰਾਂ ਦੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ ਉਹ ਜੱਟ ਕੌਡੀ ਦੇ ਨੰਬਰ ਪਿੱਛੇ ਲੜ ਪਏ ਉਹ ਰੱਖਦੇ ਵਾਲੇ ਉਹ ਸਵਾਦ ਆਉਂਦਾ ਮਾਰ ਕੇ ਦੱਸੋ ਜੇ ਸਵਾਦ ਆਉਂਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਵਾਗਤ ਕਰਦਾ ਕਬੱਡੀ 365.com ਤੇ ਅਸੀਂ ਇੱਕ ਹੋਰ ਬੈਸਟ ਮੈਚ ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਯੂਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਉਸ ਤੋਂ ਬਾਅਦ ਆਉਣ ਵਾਲੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਹੈ ਤਾਂ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਦੋਸਤੋ ਇਸ ਮੈਚ ਦੇ ਚੱਲਦਿਆਂ ਹੋਇਆਂ ਜਦੋਂ ਵੀ ਤੁਸੀਂ ਆਪਣੇ ਪਸੰਦੀਦਾ ਖਿਡਾਰੀ ਨੂੰ ਇਸ ਮੈਚ ਦੇ ਵਿੱਚ ਦੇਖਦੇ ਹੋ ਤਾਂ ਉਸਦਾ ਨਾਮ ਕਮੈਂਟ ਬਾਕਸ ਜ਼ਰੂਰ ਲਿਖਣਾ ਹੈ ਤਾਂ ਕਿ ਅਸੀਂ ਉਸ ਖਿਡਾਰੀ ਦੇ ਵੱਧ ਤੋਂ ਵੱਧ ਮੈਚ ਤੁਹਾਡੇ ਲਈ ਲੈ ਕੇ ਆ ਸਕੀਏ ਔਰ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਥੱਲੇ ਆਉਣ ਵਾਲੇ ਥੰਬਸ ਅਪ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਇੰਜੋਏ ਕਰੋ ਇਸ ਬੈਸਟ ਮੈਚ ਨੂੰ ਸੁਹਾਣਾ ਤੇ ਸਰਾਵਾਂ ਸੁਹਾਣਾ ਤੇ ਸਰਾਵਾਂ ਮੈਚ ਕਾਹਦਾ ਕਹਿੰਦੇ ਆ ਐਨ ਸਿਰਾ ਹੀ ਹੋਵੇਗਾ ਦੋ ਟੀਮਾਂ ਸਿਰੇ ਦੀਆਂ ਇੱਕ ਪਾਸੇ ਸੁਹਾਣਾ ਤੇ ਦੂਜੇ ਪਾਸੇ ਕਹਿੰਦੇ ਸਰਾਵਾਂ ਮੇਰੇ ਮਿੱਤਰ ਇੱਕ ਪਾਸੇ ਕਹਿੰਦੇ ਚੰਡੀਗੜ੍ਹ ਮੋਹਾਲੀ ਦਾ ਏਰੀਆ ਤੇ ਦੂਜੇ ਪਾਸੇ ਧਰਤੀ ਕਹਿੰਦੇ ਫਰੀਦਕੋਟ ਦੀ ਹੈ ਉਹ ਪਹਿਲੀ ਕਬੱਡੀ ਕਹਿੰਦੇ ਨੌਜਵਾਨ ਇਸ ਵੇਲੇ ਸਿੰਪਲੀ ਸਾਹਿਬ ਦੇ ਨਾਗਰਾ ਪਰਿਵਾਰ ਦਾ ਹੋਪੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਸੀ ਐਨ ਪੱਟਾਂ ਦੇ ਥਾਪੀਆਂ ਮਾਰਦੇ ਹੈ ਲਓ ਦੋ ਨੰਬਰ ਤੋਂ ਪੜ੍ਹ ਕੇ ਕਹਿੰਦੇ ਟਾਈ ਉਧਰ ਕਹਿੰਦੇ ਪੱਟ ਖਾਣੇ ਦੀ ਬੜੀ ਚੜ੍ਹਾਈ ਉਹ ਪਹਿਲੀ ਰੇ ਬਾਜੂ ਸਾਡਾ ਵੀ ਤੇ ਬੋਬੀ ਯੂਐਸਏ ਵਾਲਾ ਕਹਿੰਦਾ ਖੁਸ਼ੀ ਜੇ ਤਿੰਨ ਜੱਫੇ ਲਾਉਂਦਾ 2100 ਰੁਪਇਆ ਸ਼ਗਨਾਂ ਦਾ ਦਿੱਤਾ ਜਾਣਾ ਹੈ ਜੇ ਖੁਸ਼ੀ ਦੁੱਗੇ ਵਾਲਾ ਤਿੰਨ ਜੱਫੇ ਲਗਾਤਾਰ ਲਾ ਦੇਵੇ ਸਾਡਾ ਵੀ ਬੋਬੀ ਯੂਐਸਏ ਦੇ ਬਾਜੂ ਯੂਐਸਏ ਵਾਲਾ ਕਹਿੰਦਾ 2100 ਰੁਪਇਆ ਸ਼ਗਨਾਂ ਦਿੱਤਾ ਜਾਣਾ ਹੈ ਲਓ ਸਰਾਵਾਂ ਵਾਲੀ ਕਹਿੰਦੇ ਰੇਰ ਦੇ ਸਾਹਮਣੇ ਹੋ ਗਿਆ ਪੰਮਾ ਸੁਹਾਣੇ ਵਾਲਾ ਸੁਖਵੀਰ ਜਿੰਨੇ ਨੰਬਰ ਦੇਵੇ ਅਵਤਾਰ ਵਾਲ ਤੇ ਜਗਿੰਦਰ ਵਾਲ ਜੀ ਕਹਿੰਦੇ 500 ਦੇ ਵੱਡੇ ਮਾਣ ਦਿੱਤੇ ਜਾਣਗੇ ਨਵੀਂ ਬੱਸੀਆਂ ਵਾਲਿਆ ਦੇਖੋ ਸਾਹਮਣੇ ਰਾਣੀ ਵਾਲੀਆ ਕਹਿੰਦੇ ਘੋਨੀ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਖੜਾ ਬਿੱਲਾ ਗਗੜੇ ਵਾਲਾ ਨਾਲ ਕਹਿੰਦੇ ਸੇਵਕ ਵੱਢ ਖਾਣਾ ਤੇ ਜੀਤ ਕੋਟਨੀ ਵਾਲਾ ਕਹਿੰਦੇ ਬੜੀ ਦੂਰੋਂ ਚੱਲ ਕੇ ਆਇਆ ਬੜੀ ਦੂਰੋਂ ਚੱਲ ਕੇ ਆਇਆ ਲਓ ਬਿੱਲੇ ਦੇ ਨਾਲ ਮੁਕਾਬਲਾ ਹੈ ਤੇ ਨੌਜਵਾਨ ਘੋਨੀ ਕਹਿੰਦੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਆ ਗਿਆ ਨੌਜਵਾਨ ਕਹਿੰਦੇ ਲੱਖਾਂ ਅਗਲੀ ਰੇਡ ਪਾਉਣ ਉਹ ਲੱਖੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਕਿ ਸੀ ਬਲਵਿੰਦਰ ਫੇਡਾ ਭੋੜਾ ਲੰਮੀ ਭਾਰੀ ਦਾ ਨਾਲ ਥਰਮੇ ਖੇਡੇ ਕਾਕਾ ਕਾੜੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਹਦੇ ਨਾ ਪਿੱਛੇ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਿ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਲਓ ਤੁਕਾਂ ਵਾਲੇ ਤੋਂ ਕਹਿੰਦੇ ਲੱਖਾਂ ਨੰਬਰ ਲੈ ਕੇ ਆਇਆ ਲੱਖਾਂ ਲੰਡਿਆਂ ਵਾਲਾ ਮੈਂ ਵੀ ਹੈਰੀ ਖੁਸ਼ ਹੈ ਹੈਰੀ ਸਾਡਾ ਵੀਰ ਕਹਿੰਦਾ ਵੀ ਐਨ ਮੇਲਾ ਸਿਰੇ ਦਾ ਹੈ ਮੇਲਾ ਯਾਰਾਂ ਦਾ ਐਨ ਸਾਹਮਣੇ ਲਓ ਘੋਨੀ ਦੀ ਕਹਿੰਦੇ ਰੇਡ ਪਈ ਹੋਈ ਹੈ ਬੀਪੀ ਸਿੱਧੂ ਸਾਡਾ ਵੀਰ ਕਹਿੰਦਾ ਪੰਮਾ ਜਿੰਨੇ ਜੱਫੇ ਲਾਵੇ ਉਹਨੀ 10-10 ਹਜ਼ਾਰ ਦਿੱਤੇ ਜਾਣਗੇ ਉਹਨੀ 10-10 ਹਜ਼ਾਰ ਦਿੱਤੇ ਜਾਣੇ ਹੈ ਲਓ ਘੋਨੀ ਦੀ ਕਹਿੰਦੇ ਰੇਡ ਪਈ ਹੋਈ ਹੈ ਇੱਕ ਪਾਸੇ ਕਹਿੰਦੇ ਆਹ ਕੌਣ ਇਹ ਆ ਸਰਦਾਰ ਕੱਤਰ ਸਿੰਘ ਦਾ ਪੁੱਤਰ ਜੀਤ ਕੋਟਨੀ ਵਾਲਾ ਮੁੰਡਾ ਬਠਿੰਡੇ ਵਾਲਾ ਮੁੰਡਾ ਬਠਿੰਡੇ ਵਾਲਾ ਤੇ ਘੋਨੀ ਦੇ ਦਰਮਿਆਨ ਟੱਕਰ ਲਓ ਬੱਲੇ 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 ਵਾਹੋ ਬਠਿੰਡੇ ਵਾਲਿਆ ਵਾਹੋ ਬਠਿੰਡੇ ਵਾਲਿਆ ਐਨ ਕਹਿੰਦੇ ਬਠਿੰਡੇ ਦਾ ਬਠਿੰਡਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਕੋਟਲੀ ਪਿੰਡਾ ਪਰ ਕਹਿੰਦੇ ਬਠਿੰਡੇ ਤੋਂ ਖੰਨੇ ਵਾਲਿਆ 25-30 ਕਿਲੋਮੀਟਰ ਹੈ ਤੇ ਖੰਨੇ ਤੋਂ 10 ਕਿਲੋਮੀਟਰ ਹੈ ਪਰ ਕਹਿੰਦੇ ਪਿੰਡ ਬਠਿੰਡੇ ਦੇ ਵਿੱਚ ਪੈਂਦਾ ਪਿੰਡ ਬਠਿੰਡੇ ਦੇ ਵਿੱਚ ਪੈਂਦਾ ਉਧਰ ਸਾਡਾ ਵੀਰ ਬਾਬੀ ਯੂਐਸਏ ਦੇ ਬਾਜੂ ਯੂਐਸਏ ਵਾਲਾ ਕਹਿੰਦਾ ਵੀ ਖੁਸ਼ੀ ਜਿੰਨੇ ਜੱਫੇ 3 ਜੱਫੇ ਲਾ ਦੇ 2100 ਰੁਪਏ ਦੇ ਮਾਨ ਹੋਣਗੇ ਨਾਲ ਹੀ ਜੱਸਾ ਵੱਲ ਕੈਨੇਡਾ ਵਾਲਾ ਕਹਿੰਦਾ ਹਰ ਕਬੱਡੀ ਦੇ ਉੱਤੇ 100-100 ਦੇ ਵੱਡੇ ਮਾਨ ਹੋਣਗੇ ਲਾ ਵੀ ਇੱਧਰ ਸਾਹਮਣੇ ਪਈ ਹੋਈ ਕਬੱਡੀ ਤੇ ਜੱਸਾ ਵੱਲ ਕੈਨੇਡਾ ਵਾਲੇ 100 ਰੁਪਏ ਦੇ ਵੱਡੇ ਮਾਨ ਹੋਣਗੇ ਲਓ ਸਾਹਮਣੇ ਅਮਨ ਹੈ ਕਹਿੰਦੇ ਸੁਹਾਣੇ ਵਾਲਾ ਅਮਨ ਸੁਹਾਣੇ ਵਾਲਾ ਸੋਹਣ ਦਾ ਪਿੰਡੂ ਨੌਜਵਾਨ ਗੱਭਰੂ ਕਹਿੰਦੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਹਿੰਦੇ ਬਿੱਲਾ ਖੜਾ ਗਗੜੇ ਵਾਲਾ ਨਾਲ ਸਤਨਾਮ ਹੈ ਵੱਢ ਖਾਣੇ ਦੇ ਥੋੜੇ ਦਿਨ ਪਹਿਲਾਂ ਕਹਿੰਦੇ ਮੋਟਰਸਾਈਕਲ ਲਤਾਲੇ ਦੇ ਮੇਲੇ ਤੋਂ ਜਿੱਤਿਆ ਅਜੀਤ ਕੋਟਨੀ ਵਾਲਾ ਤੇ ਸਾਹਮਣੇ ਇਸ਼ਾਰਾ ਕੀ ਹੈ
ਬਿੱਲੇ ਨੇ ਕਹਿੰਦੇ ਇਸ਼ਾਰਾ ਕੀਤਾ ਗੱਲ ਵਾਲੇ ਨੇ ਵੀ ਪੁਆਇੰਟ ਰੇਡਰ ਦੇ ਹਿੱਸੇ ਹੈ ਲੰਡਿਆਂ ਵਾਲਾ ਕਹਿੰਦੇ ਲੱਖਾ ਰੇਡ ਪਾਉਣ ਦੇ ਲਈ ਆ ਗਿਆ ਸੁਹਾਣੇ ਵਾਲਿਆ ਉਹ ਤਿਆਰੀ ਫੜ ਲੈ ਹੈਰੀ ਕਹਿੰਦਾ ਜਿੰਨੇ ਜੱਫੇ ਉਹਨੇ ਪੰਜ ਪੰਜ ਸੌ ਦਿੱਤੇ ਜਾਣਗੇ ਹੈਰੀ ਪੱਲ ਸਾਡਾ ਵੀਰ ਨਾਲ ਹੀ ਜੱਸਾ ਵੱਲ ਕੈਨੇਡਾ ਵਾਲਾ ਸਾਹਿਬ ਗੱਲਾਂ ਕਹਿੰਦੇ ਐਨ ਜੋਗਿੰਦਰ ਸਿੰਘ ਜੀ ਬਲ ਦੀਆਂ ਚੱਲੀਆਂ ਹੈਰੀ ਫਾਦਰ ਸਾਹਿਬ ਤੇ ਨਹੀਂ ਆਏ ਹਨਾ ਉੱਥੇ ਬੈਠੇ ਆ ਐਨ ਕਹਿੰਦੇ ਗੱਲਾਂ ਹੋਈਆਂ ਗੱਲਾਂ ਕਹਿੰਦੇ ਦੁਨੀਆਂ ਦੇ ਵਿੱਚ ਹੋਈਆਂ ਜੋਗਿੰਦਰ ਸਿੰਘ ਜੀ ਬਲ ਉਹਨਾਂ ਵੱਲੋਂ ਪੰਜ ਸੌ ਦਿੱਤਾ ਜਾਵੇਗਾ ਪਰ ਜੱਫੇ ਦਾ ਡੀਪੀ ਸਿੱਧੂ ਦਾ ਕਹਿੰਦਾ ਐਨ ਨੌਜਵਾਨ ਆਇਆ ਪੰਮਾ ਸੁਹਾਣੇ ਵਾਲਾ ਹੈਰੀ ਬਲ ਦੇ ਨਾਲ ਵੀ ਕਹਿੰਦੇ ਜੁੰਡੀ ਦੀ ਯਾਰੀ ਹੈ ਹਿੱਸੇ ਵਾਲੀ ਆ ਗੁਰਪਿੰਦਰ ਵੀ ਉੱਧਰ ਐਨ ਖੁਸ਼ ਹੈ ਵੀ ਕਿਸੇ ਦੇ ਆਦਰ ਮਾਣ ਦੇ ਵਿੱਚ ਕਿਤੇ ਕੋਈ ਘਾਟ ਨਾ ਰਹਿ ਜੇ ਯਾਰ ਪੁੱਜਿਆ ਜੀਤਾ ਵੀ ਐਨ ਕਹਿੰਦੇ ਸਾਡਾ ਵੀਰ ਮੁੰਡਾ ਸਿੱਧੂਆਂ ਦਾ ਪੂਰਾ ਹੀ ਖੁਸ਼ ਹੈ ਗੱਲਾਂ ਕਹਿੰਦੇ ਦੁਨੀਆਂ ਦੇ ਵਿੱਚ ਭੈਂਸਾਂ ਵਾਲਾ ਵੀ ਬੈਠਾ ਸੁਖਬੀਰ ਦੀ ਰੇਡ ਤੇ ਖੰਨੇ ਵਾਲਿਆ ਲਓ ਸੁਖਬੀਰ ਆ ਗਿਆ ਸਰਾਮਾ ਵਾਲਾ ਕਹਿੰਦੇ ਰੇਡ ਪਾਉਣ ਦੇ ਲਈ ਸੁਖਬੀਰ ਦੀ ਜੋਗਿੰਦਰ ਪੱਲ ਤੇ 500 ਰੁਪਿਆ ਜੱਸਾ ਵੱਲ ਕੈਨੇਡਾ ਲਓ ਵੇਖੋ 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 ਸੁਹਾਣੇ ਵਾਲਿਆ 500 ਰੁਪਿਆ ਸੁਖਬੀਰ ਗਿਆ ਸੁਖਬੀਰ ਗਿਆ ਆ ਜਾਦੂਗਰ ਲਓ ਸਾਹਮਣੇ ਦੇਖਾਂਗੇ ਇੱਧਰ ਕਹਿੰਦੇ ਨੌਜਵਾਨ ਕਹਿੰਦੇ ਕੌਣ ਹੈ ਧੋਨੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਸੇਵਕ ਵੱਢ ਖਾਣਾ ਉਧਰ ਕਹਿੰਦੇ ਧੋਨੀ ਦੇ ਸੇਵਕ ਬੱਲੇ 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 ਵੱਢ ਖਾਣਿਆ ਵੱਢ ਖਾਣਾ ਵੀ ਕਹਿੰਦਾ ਵੀ ਪਹਿਲੀ ਪਾਉਂਦੇ ਨੇ ਅੱਜ ਦੇ ਨਿਆਣੇ ਬੱਲੀਏ ਕੀ ਜਾਣਨ ਸੀ ਖੁੰਡ ਹਾਂ ਪੁਰਾਣੇ ਬੱਲੀਏ ਉਹ ਕੀ ਜਾਣਨ ਸੀ ਖੁੰਡ ਹਾਂ ਪੁਰਾਣੇ ਬੱਲੀਏ ਗੌਰਵ 500 ਰੁਪਿਆ ਲੈ ਜਾ ਬਈ ਸੁਖਬੀਰ ਸਰਾਮ ਦੇ ਜੱਸਾ ਵੱਲ ਕੈਨੇਡਾ ਵਾਲੇ ਬੱਲੀਓ ਆ ਉਧਰ ਸਾਡਾ ਵੀ ਅੰਮ੍ਰਿਤ ਪ੍ਰਾਪਰਟੀ ਡੀਲਰ ਪਹੁੰਚਿਆ ਸੁਖਬੀਰ ਦੀ ਕਬੱਡੀ ਤੇ 500 ਦੇ ਵੱਡੇ ਮਾਨ ਹੋਣਗੇ ਅਵਤਾਰ ਵੱਲ ਕੈਨੇਡਾ ਵਾਲਾ ਜੋਗਿੰਦਰ ਵਾਲ ਜੀ ਉਹਨਾਂ ਵੱਲੇ 500 ਦੇ ਮਾਨ ਹੋਣਗੇ ਆ ਲੈ ਵੀ 500 ਰੁਪਿਆ ਮੇਰੇ ਤੋਂ ਫੜ ਕੇ ਲੈ ਜਾ ਜੱਸਾ ਵੱਲ ਕੈਨੇਡਾ ਵਾਲੇ ਦਾ ਪਿਆਰ 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 ਨਾਲ ਪਿਆਰ ਨਾਲ ਅੱਜ ਕਹਿੰਦੇ ਰਕਬੇ ਦੇ ਵਿੱਚ ਧੁੰਮਾ ਤੇ 23 ਨੂੰ ਕਹਿੰਦੇ ਲਾਂਡਰਾਂ ਦੇ ਵਿੱਚ ਬਿਨਾਂ ਤੰਦੂਰਾਂ ਤੋਂ ਅੱਗ ਨਿਕਲਣੀ ਹੈ ਲਾਂਡਰਾਂ ਦਾ ਮੇਲਾ ਐਨ ਕਹਿੰਦੇ ਅੱਗ ਨਿਕਲੂ 23 ਤਰੀਕ ਨੂੰ ਜੱਜੀ ਦਾ ਮੇਲਾ 23 ਤਰੀਕ ਨੂੰ ਲਾਂਡਰਾਂ ਦੇ ਵਿੱਚ ਮੇਰੇ ਮਿੱਤਰੋ ਪੁਆਇੰਟ ਹੋਲਡ ਕੀਤਾ ਗਿਆ ਪੁਆਇੰਟ ਹੋਲਡ ਕੀਤਾ ਗਿਆ ਜੀਤਾ ਵੀਰ ਕਹਿੰਦਾ ਵੀ ਪੁਆਇੰਟ ਹੋਲਡ ਹੈ ਸਰਾਵਾਂ ਵਾਲਾ ਹੈਰੀ ਬਲ ਨੂੰ ਕਹਿੰਦਾ ਅੱਜ ਜੱਟ ਰੋਕਣ ਦੇ ਮੂਡ 'ਚ ਨਹੀਂ ਆਇਆ ਐਨ ਕਹਿੰਦੇ ਗੱਲਾਂ ਦੁਨੀਆਂ ਦੇ ਵਿੱਚ ਹੋਣਗੀਆਂ ਉਧਰ ਸੁਹਾਣੇ ਵਾਲਾ ਪੰਮਾ ਵੀ ਫੋਨ ਤੇ ਦੀਪੀ ਸਿੱਧੂ ਨੂੰ ਕਹਿੰਦਾ ਸੀਗਾ ਵੀ ਚੰਡੀਗੜ੍ਹ ਤੋਂ ਜੇ ਆਇਆ ਨਾ ਕਿਸੇ ਗੱਲ ਨੂੰ ਹੀ ਆਇਆ ਵੀ ਐਂ ਕਿਸੇ ਗੱਲ ਨੂੰ ਹੀ ਆਇਆ ਸੋ ਨਾਲ ਹੀ ਬਾਲੀ ਸਾਡਾ ਵੀਰ ਮਹਿਲ ਖੁਰ ਤੇ ਪ੍ਰੀਤ ਸਾਡਾ ਵੀਰ ਮਹਿਲ ਖੁਰ ਦੇ ਬਾਰੇ ਲਾਈਵ ਜਿਹੜੇ ਮੈਚ ਦਾ ਆਨੰਦ ਲੈ ਰਹੇ ਮਾਨ ਜੱਟਪੁਰੇ ਯਾਰਾਂ ਦੇ ਯਾਰ ਨੇ ਸਾਡੇ ਬਾਲੀ ਮਹਿਲ ਖੁਰ ਤੇ ਪ੍ਰੀਤ ਮਹਿਲ ਖੁਰਦ ਵਾਲੇ ਮਾਨ ਜੱਟਪੁਰੇ ਵਾਲਾ ਕਹਿੰਦੇ ਆਇਆ ਹੋਇਆ ਜਿਹਦੀ ਰੌਣੀ ਵਾਲੇ ਹਰਦੀਪ ਦੇ ਨਾਲ ਚੰਡੀ ਦੀ ਯਾਰੀ ਹੈ 20 ਫਰਵਰੀ ਦੇ ਸੱਦੇ ਹੈ ਗੋਲਡੀ ਕਾਲਸਾ ਉਹਨਾਂ ਵੱਲੋਂ ਤੇ ਨਾਲ ਜਿਹੜੇ ਰੌਣੀ ਵਾਲੇ ਹਰਦੀਪ ਉਹਨਾਂ ਵੱਲੋਂ ਗੌਰਵ 500 ਰੁਪਿਆ ਮੇਰੇ ਤੋਂ ਫੜ ਕੇ ਲੇਸਾ ਵੱਲ ਕੈਨੇਡਾ ਵਾਲੇ ਦਾ ਸੁਖਬੀਰ ਦੀ ਕਬੱਡੀ ਤੇ 500 ਰੁਪਿਆ ਲੱਗਿਆ ਜੀ ਗੌਰਵ ਗੌਰਵ ਚੀਮਾ ਸਾਡਾ 500 ਰੁਪਿਆ ਮੇਰੇ ਤੋਂ ਫੜ ਕੇ ਲੈ ਜਾਵੇ ਜੱਸਾ ਵੱਲ ਕੈਨੇਡਾ ਵਾਲੇ ਦਾ 500 ਰੁਪਏ ਦੇ ਵੱਡੇ ਮਾਨ ਨੇ ਨਾਲੇ ਸਾਡਾ ਜੱਸੂ ਸਿੱਧੂ ਸਾਡਾ ਵੀ ਕੈਨੇਡਾ ਵਾਲਾ ਵੀ ਪਹੁੰਚਿਆ ਹੋਇਆ ਹੈ ਸੋ ਧੰਨਵਾਦ ਕਰਦੇ ਹੈ ਜੱਸੀ ਜੱਸੂ ਸਿੱਧੂ ਕੈਨੇਡਾ ਤੇ ਹੈਰੀ ਬਲ ਰਕਬਾ 1000 ਰੁਪਿਆ ਸੁਖਬੀਰ ਸਰਾਮਾ ਦੀ ਕਬੱਡੀ ਤੇ ਲੱਗੂਗਾ ਹੈਰੀ ਬਲ ਕੈਨੇਡਾ ਸਾਡਾ ਵੀਰ ਜੱਸੂ ਸਿੱਧੂ ਕੈਨੇਡਾ ਵਾਲੇ ਦਾ 1000 ਰੁਪਿਆ ਹੋਣਾ ਲਓ ਮੈਚ ਫਿਰ ਸ਼ੁਰੂ ਹੈ ਥੋੜੀ ਰੋਕ ਟੋਕ ਤੋਂ ਬਾਅਦ ਇਹ ਨੌਜਵਾਨ ਕਹਿੰਦੇ ਬਠਿੰਡੇ ਵਾਲਾ ਬਠਿੰਡੇ ਵਾਲਾ ਹੋ ਬਾਏ ਨੌਜਵਾਨ ਐਨ ਕਮਾਲ ਕਰਦੀ ਜੀਤ ਕੋਟਲੀ ਵਾਲੇ ਨੇ ਆਓ ਅਗਲੀ ਰੇਡ ਨੌਜਵਾਨ ਕਹਿੰਦੇ ਸੁਖਵੀਰ ਨੇ ਪਾਉਣੀ ਹੈ ਸ਼ੀਰਾ ਵੀ ਬੈਠਾ ਕਹਿੰਦੇ ਮਲੇਸ਼ੀਆ ਵਿੱਚ ਸੁਖਵੀਰ ਦਾ ਵੀਰ ਲਓ ਸਰਾਵਾਂ ਵਾਲ ਦੀ ਰੇਡ ਤੇ ਮਾਈਕ ਤੇ ਯਾਰ ਕਰੂ ਗੱਲ ਲਓ ਕਹਿੰਦੇ ਐਨ ਸਰਾਵਾਂ ਵਾਲਾ ਵੀ ਯਾਰ ਹੀ ਹੈ ਖੰਨੇ ਵਾਲਿਆ ਸ਼ੀਰਾ ਮਲੇਸ਼ੀਆ ਬੈਠਾ ਕਿੰਨਾ ਖੁਸ਼ ਹੋਣਾ ਵੀ ਦੋਨੇ ਅੱਜ ਐਨ ਧੁੰਮ ਪਾਈ ਫਿਰਦੇ ਆ ਦਿਲਬਾਗ ਸਿੰਘ ਦੇ ਦੋ ਪੁੱਤ ਆਏ ਹੈ ਨਾਲ ਪਿੱਲਾ ਆਇਆ ਚੁੱਗਿਆਂ ਵਾਲਿਆ ਤਿਆਰੀ ਫੜ ਲੈ 1000 ਰੁਪਿਆ ਲੱਗਿਆ ਹੋਇਆ ਜੱਸੂ ਸਿੱਧੂ ਕੈਨੇਡਾ ਤੇ ਹੈਰੀ ਬਲ ਕੈਨੇਡਾ ਵਾਲੇ ਦਾ 1
1000 रुपया लग्या सुखबीर सलामा की कबड्डी के उत्ते। स्वाद ऐप है हैरी वाल अच्छे नजारे आते हैं नजारे जाते हैं शामा पै गई ने कई मूड बन गए ने कई ने बनाने ने स्वाद आया पाया रकबे के कबड्डी कप के उत्ते। संदीप चीमा के सत नाम सुधार जर के यार मेरे भीरों मैच का आनंद लाए रहे धन्यवाद करते हैं विशेष तौर पर सामने देखो बिल्ला पे कहते धोनी के दरम्यान तकड़ी टक्कर 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 लो धोनी 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 बिल्ला गगड़े वाला हो जाता धोनी राणी वाली है धोनी कहते भज गया जोगे वाल फकर झंडा दोनों टीम ग्राउंड आ जाए जोगे आला फकर झंडा फार झंडे आला हरदेव बैठा है कहता हूं झोगे वाले के नाल निबड़ांगे एन गल्लां होणगियां उधर पस्सियां वाला भी अपने आप नूं एन गर्म करी जांदा है इधर कहिंदे कबड्डी पै रही है उधर जगिंदर सिंह जी भलवा धन्नवाद है पुग्गियां वाले ने गुट फड़ लिया धूड़ वालिया देखो अज काली ग्राउंड है धूड़ नहीं उड़नी धूड़ नहीं उड़नी धूड़ नहीं उड़नी धूड़ नहीं उड़नी इधर कहते कबड्डी पै गई है कोटली वाले है वो तैयारी फड़ नौजवान कहते सिरे दियां रेडां पा रहे है बड खाना दो नंबर ते है ते बिल्ला कहते मोगे जिले चो चल के आया है बिल्ला भी कहते दूरों आया है उधर कहते कबड्डी पैंदी दुनिया पैंदी टीपी सिद्धू होने का कहते मेला मेरे मित्रों लो बल्ले बल्ले हो रही है सुखबीर सरावा कहनी लेखा पिथों वाले चार भरावां दा हासा सरेटा कढ़दा है सुखबीर सरावा दा ते तूतां दा गुरजीत भी छाया विच मदाना दे देखण जोगड़े मित्र अज जोर जवाना दे जोर परखे जाएंगे तो कनीका गल हो किस्मत ककदीर दलखा दर ककदीर ने साफ जो कहते रीडर का दिता है एन तकदीर गलखा दकदीर दल लकीर देरे मित्रों कले जोर कुछ नहीं करते कले दिमाग भी कुछ नहीं करते जे चंकी तकदीर ना हो जे चंकी किस्मत ना हो तकदीर कले लेख गल दुनिया है इधर कहते कबड्डी पै रही है सुहाने वाले प्यारी फड़ दुग्गियां वाला खुशी लखा वाला करवा बड़ा ही टुट पैना पुठे पंगे लैना मैनू कहना रूपिए आ जा गन्ने चूपिए हैरी स्वाद आ रहा है हैरी एन कहते हाथ ला रहा है जे दीपी हुंदा ना गल हो रही होनी है सब उन्हें फिर जट ने कमला हो जाना सी दूजे पासे कहते हैरी दी है एन गल हुण केड़ी बन गई हैरी हुण तीर तोड़ा आ चलिया साडा भी जस्सी सिद्धू कनेडा हैरी वाल कनेडा के जस्से वाल का 1000 रुपया लग्या होया है वाह अर्जन दे तीर वांगू गुल खड़ी है नचना टपना हसना ला भी जस्सू भाई तेरा 1000 रुपया काम करा गया हैरी वाल लो मामे ने थापी मार के उंगल खड़ी कीती है दीपी सिद्धू भी जट कहंदे भंगड़े पाउंदा होणा अमरीका दे विच भंगड़े पाउंदा होणा दीप है साडा वीर दीप वालों 500 पम्मे दे लई पुजदा होया है 1000 रुपया साडा भी जस्सू सिद्धू कनेडा वाला ते साडा भी हैरी वाल कनेडा ते जस्सा वाल कनेडा उन्हां बोलो 1000 रुपये जापी ने सुखबीर नूं टक्किया मेरे वीरो स्वाद आ गया नजारा आया पिया कहिंदे नुट दा मीं नहीं ते काकड़े पैणगे सैवी पम्मे सुहाणे वाले ने कहिंदे स्वाद लिया ता मेरे वीरियो वाह नजारे बजे होए ने कल नूं कहिंदे कलाड़ दे विच रौनकां लगणगियां राड़ा साहिब दे लागे कलाड़ पिंड है अमन अमरीका वाले वालों सदे है मोटरसाइकिल होणगे बैस्टां दे लई पर अज रकबे विचों बाकी
ਮੋਟਰਸਾਈਕਲ ਖੋਸਿਆਂ ਵਾਲਾ ਕਿਸੇ ਗੱਲ ਨਾਲ ਹੀ ਜਾਣਗੇ, ਕਿਸੇ ਗੱਲ ਨਾਲ ਹੀ ਜਾਣਗੇ। ਅਮਨ ਆ ਗਿਆ ਸੁਹਾਣੇ ਵਾਲਾ ਕਬੱਡੀ ਪਾਉਣ। ਅਮਨਦੀਪ ਕਹਿੰਦੇ ਕਬੱਡੀ ਪੈਣ ਜਾ ਰਹੀ ਹੈ, ਸਰਾਵਾਂ ਵਾਲੇ ਤਿਆਰੀ ਫੜ ਲੋ, ਪਾਓ ਸਰਾਵਾਂ ਦੀ ਧਰਤੀ ਹੈ। ਉਧਰ ਜੱਸਾ ਬੱਲ ਕਹਿੰਦੇ ਲੋਕਾਂ ਦੀ ਗੁੱਟੀ ਚੱਕੀ ਫਿਰਦਾ, ਨਾਲ ਹੀ ਅਵਤਾਰ ਬੱਲ ਤੇ ਜੱਸੂ ਸਿੱਧੂ ਸਾਡਾ ਵੀ ਕੈਨੇਡਾ ਵਾਲਾ ਤੇ ਹੈਰੀ ਬੱਲ ਕਹਿੰਦੇ ਨੋਟਾਂ ਦਾ ਜਿਉਂ ਜਿਉਂ ਸੈਮੀ ਦੇ ਫਾਈਨਲ ਮੈਚ ਹੋਣਗੇ ਸਵਾਦ ਆਉਣਾ, ਨੋਟ ਦਾ ਮੀਂਹ ਮਰਨਾ ਮੇਰੇ ਵੀਰਿਓ। ਧੰਨਵਾਦ ਕਰਦੇ ਹਾਂ ਸੁਖਬੀਰ ਦੀ ਕਬੱਡੀ ਦੇ ਉੱਤੇ 500 ਦੇ ਮਾਨ ਹੋਣਗੇ ਜੱਸਾ ਵੱਲ ਕੈਨੇਡਾ ਤੇ ਅਵਤਾਰ ਵੱਲ ਤੇ ਜੋਗਿੰਦਰ ਵੱਲ ਕੈਨੇਡਾ। ਵਾਹ ਨਜ਼ਾਰੇ ਵੱਜੇ ਹੋਏ ਨੇ। ਪੁਆਇੰਟ ਉੱਧਰ ਜਿਹੜਾ ਪਾਲੇ ਦੇ ਅੰਦਰ ਸੀ ਗਿਆ, ਅਮਨ ਹੈ ਸੁਹਾਣੇ ਵਾਲਾ, ਇੱਕ ਤਗੜੇ ਅੰਕ ਦਾ ਵਾਧਾ ਕਰ ਗਿਆ। ਪੈਂਸਾਂ ਵਾਲਿਆ ਦੇਖ ਦੁਨੀਆ ਐਨ ਖੁਸ਼ ਹੈ, 25 ਨੂੰ ਫਰੀਕਿਆਂ ਦੇ ਵਿੱਚ ਬੱਲੇ ਬੱਲੇ, 26 ਨੂੰ ਪੀਲੇ ਦੇ ਵਿੱਚ ਕਹਿੰਦੇ ਨਿਕਲੂ ਅੱਗ। ਇੱਧਰ ਕਹਿੰਦੇ ਸਰਾਵਾਂ ਵਾਲੇ ਦੀ ਰੇਡ ਪੈ ਰਹੀ ਹੈ, ਬੁੱਗਿਆਂ ਵਾਲਿਆ ਦੇਖ ਹਾਰ ਨੂੰ ਹਾਣ ਪਿਆਰਾ ਹੁੰਦਾ, ਹਾਰ ਨੂੰ ਹਾਣ ਪਿਆਰਾ ਹੁੰਦਾ। ਮਨੀ ਜੈਲਦਾਰ ਸਾਡਾ ਵੀ, ਦੀਪੂ ਭਿੱਖੀ ਤੇ ਕਾਲਾ ਭਿੱਖੀ ਸਾਡੇ ਯਾਰਾਂ ਦਾ ਧੰਨਵਾਦ ਕਰਦੇ ਹਾਂ। ਸਤਨਾਮ ਸੁਧਾਰ ਤੇ ਸੰਦੀਪ ਚੀਮਾ ਸਾਡਾ ਵੀਰ, ਵਾਹ। ਹੈਪੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ, ਹੈਪੀ ਕਹਿੰਦੇ ਸਿੰਪਲੀ ਸਾਹਿਬ ਦੇ ਨਾਗਰਾ ਪਰਿਵਾਰ ਦਾ ਮੁੰਡਾ ਕਬੱਡੀ ਪਾ ਰਿਹਾ ਹੈ। ਉਧਰ ਕਹਿੰਦੇ 28 ਫਰਵਰੀ ਭੱਜੀ ਆਉਂਦੀ ਹੈ, ਜਿਹੜੇ ਮੇਲੇ ਤੇ ਬਿਨਾਂ ਨਾਮ ਦੱਸਿਆ ਕੋਈ 4 ਬੁਲਟ ਮੋਟਰਸਾਈਕਲ ਦੇ ਗਿਆ ਸੀਗਾ। ਇੱਧਰ ਕਹਿੰਦੇ ਕੋਟਲੀ ਵਾਲਾ ਹੈ ਤੇ ਹੈਪੀ ਭੰਗੜਾ 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 ਪਾ ਰਿਹਾ, ਹੈਪੀ ਭੰਗੜਾ ਪਾ ਰਿਹਾ ਹੈ। ਟੁੱਗਿਆਂ ਵਾਲਿਆ ਪਿਆਰੀ ਫੜੋ, ਦੁਨੀਆ 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 ਸਵਾਲ ਇੱਥੇ ਰੱਖ ਹਾਏ ਹੋ ਰੱਬਾ, 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 ਹਾਏ ਹੋ ਰੱਬਾ। ਉਹ ਕੋਈ ਗੱਲ ਨੀ, ਭੱਜ ਕੇ ਹਟਾਈ ਮਿੱਤਰਾਂ ਦੇ, ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ, ਉਹ ਜੱਟ ਕੋਡੀ ਦੇ ਨੰਬਰ ਪਿੱਛੇ ਲੜ ਪਏ, ਉਹ ਰਕਬੇ ਵਾਲੇ ਉਹ ਸਵਾਦ ਆਉਂਦਾ ਮਾਰ ਕੇ ਦੱਸੋ ਜੇ ਸਵਾਦ ਆਉਂਦਾ। ਆ ਸੁਹਾਣੇ ਵਾਲਾ ਇੱਕ ਭੰਗੜੇ ਪਾਈ ਜਾਂਦਾ ਹੈ, ਅਮਨ ਪਾ ਕਬੱਡੀ, ਕੋਈ ਗੱਲ ਨੀ, ਪਿਆਰ ਨਾਲ ਸਿਰਫ ਪਿਆਰ ਦੀ ਖੇਡ ਆਪਾਂ ਪਿਆਰ ਨਾਲ, ਹੈਰੀ ਆਖੀ ਆਪਾਂ ਪਿਆਰ ਨਾਲ, ਪਿਆਰ ਦੀ ਖੇਡ ਹੈ, ਪਿਆਰ ਦੀ ਖੇਡ ਹੈ, ਕੋਈ ਗੱਲ ਨੀ ਪਿਆਰ ਨਾਲ, ਅਮਨ ਕੋਈ ਗੱਲ ਨੀ ਪਿਆਰ ਦੀ ਖੇਡ ਹੈ। ਸੱਚੇ ਪਾਤਸ਼ਾਹ ਮੇਰ ਕਰੇ, ਖੇਡਾਂ ਕਹਿੰਦੇ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀਆਂ। ਦੀਪ ਸਾਡਾ ਵੀਰ ਕਹਿੰਦਾ ਹੈ ਵੀ ਹੈਪੀ ਦੀਆਂ 3 ਰੇਡਾਂ ਦੇ 1000 ਹੋਵੇਗਾ, ਦੀਪ ਸਾਡਾ ਵੀਰ ਕਹਿ ਰਿਹਾ ਹੈ। ਇੱਧਰ ਕਹਿੰਦੇ ਅਮਨ ਵੀ ਰੇਡ ਪੈ ਰਹੀ ਹੈ, ਲਓ ਸਾਹਮਣੇ ਕੋਟਲੀ ਵਾਲਾ ਜੀਤ, ਅਮਨ ਵੀ ਕਬੱਡੀ, ਉਹ ਬੱਲੇ 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 ਫੇਰੀ ਪਾਲ, ਉਹ ਦੇਖ ਕੀ ਬਣ ਗਿਆ। ਮੈਨੂੰ ਲੱਗਦਾ ਸੁਹਾਣੇ ਵਾਲਿਆਂ ਨੇ ਵਿਆਹ 'ਚ ਢੋਲ ਆਉਣੇ ਬੰਦ ਕਰ ਦੇਣੇ ਆ, ਬਿਨਾਂ 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 ਢੋਲ ਤੋਂ ਭੰਗੜਾ, ਬਿਨਾਂ ਢੋਲ ਤੋਂ ਭੰਗੜਾ ਪੈ ਰਿਹਾ। ਇੱਧਰ ਲੱਖੇ ਦੀ ਕਬੱਡੀ ਦੇ ਟੁੱਗਿਆਂ ਵਾਲਿਆ, ਉਹ ਚੱਕੋ ਇੰਚੀ ਟੇਪ, ਐਨ ਕਹਿੰਦੇ ਲੱਖੇ ਦੇ ਝੱਗੇ ਦਾ ਮੇਚ ਦੇਖਾਂਗੇ, ਬੱਲੇ ਬੱਲੇ ਗਰਾਊਂਡ ਦੇ ਵਿੱਚ ਹੋ ਰਹੀ ਹੈ, ਚਾਰੇ ਝਾਫੀ ਪੱਟਾਂ ਦੇ ਥਾਪੀਆਂ ਟੁੱਗਿਆਂ ਦਾ, ਕਹਿੰਦੇ ਪ੍ਰਿੰਸ ਆਸਟ੍ਰੇਲੀਆ ਵਾਲਾ। ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਛੂਈ ਮੂਈ। ਮੈਂ ਸਾਡਾ ਵੀ ਗੋਰਖਾ ਸਿੱਧੂ ਤੇ ਜੱਸੂ ਸਿੱਧੂ ਕੈਨੇਡਾ ਵਾਲਾ, ਵਾਹ ਜੱਸਾ ਵੱਲ ਕੈਨੇਡਾ ਤੇ ਅਵਤਾਰ ਵੱਲ ਜੋਗਿੰਦਰ ਵੱਲ ਹੈਰੀ ਵੱਲ। ਧੰਨਵਾਦ ਕਿਰਪਿੰਦਰ ਸਾਡਾ ਵੀ ਜੰਗਪੁਰ ਵਾਲਾ ਯਾਰਾਂ ਦਾ ਯਾਰ ਆ ਮੇਰੇ ਵੀਰੀ, ਮਾਏ ਦੇ ਕੱਫੇ ਵੰਡੇ ਆ ਰਹੇ ਨੇ, ਧੰਨਵਾਦ ਕਰਦੇ ਹੈ। ਗੱਲਾਂ ਟਿਕਾਣੇ ਅਗਲੇ ਮੈਚਾਂ ਦੇ ਲਈ ਕਾਂਤੀ ਸਾਡਾ ਵੀਰ, ਸਾਡਾ ਵੱਡਾ ਭਰਾ ਬੋਲ ਬੋਲੇਗਾ, ਕਾਂਤੀ ਤਾਜੋ ਸਾਡਾ ਵੀਰ। ਕੋਈ ਗੱਲ ਨੀ, ਬੜਾ ਵਧੀਆ ਮੈਚ ਹੋਇਆ, ਕੋਈ ਵੀ ਜਿੱਤ ਗਿਆ, ਜਿੱਤ ਕਬੱਡੀ ਦੀ ਹੋਈ ਹੈ, ਦੋਨੇ ਟੀਮਾਂ ਦਾ ਪਿਆਰ ਪਰਮਾਤਮਾ ਕਿਰਪਾ ਕਰੇ। ਬਾਬਾ ਬੂਟਾ ਜੀ ਤੇ ਬਾਬਾ ਗੁਰਚਰਨ ਸਿੰਘ ਜੀ, ਫਿਰ ਬਾਬਾ ਪੰਜਾਬ ਸਿੰਘ ਜੀ ਤਾਜੋ, ਕਿ ਉਹ ਵੀ ਮੈਚਾਂ ਦਾ ਕਹਿੰਦੇ ਲਾਈਵ ਆਨੰਦ ਮਾਣਦੇ ਆ। 28 ਜਨਵਰੀ ਪੀਲੇ ਦੇ ਮੇਲੇ ਦੀ ਹੋਣੀ ਹੈ ਤੇ 28 ਜਨਵਰੀ ਕਹਿੰਦੇ ਸਹੌਲੀ ਦਾ ਕੱਪ ਹੈ, ਮਨਦੀਪ ਧਾਮੀ ਵੱਲੋਂ ਸੱਦੇ ਆ, ਸਹੌਲੀ ਦੀ ਧਰਤੀ ਤੇ ਐਨ ਸਿਰਾ ਹੋਣਾ। ਪਿਆਰ ਦੀ ਖੇਡ ਤੇ ਕੋਈ ਗੱਲ ਨੀ, ਚੰਦ ਖਾਲਸਾ ਜੀ ਲਾਈਵ ਮੈਚਾਂ ਦਾ ਆਨੰਦ ਮਾਣਦੇ ਆ, ਚੰਦ ਖਾਲਸਾ ਜੀ, ਪਿਆਰ ਦੀ ਖੇਡ ਹੈ, ਕੋਈ ਗੱਲ ਨੀ, ਆਪਾਂ ਪਿਆਰ ਨਾਲ ਹੀ, ਸੱਚੇ ਪਾਤਸ਼ਾਹ ਮਿਹਰ ਕਰੇ ਪਿਆਰ ਦੇ ਨਾਲ। ਅੰਮ੍ਰਿਤ ਪ੍ਰਾਪਰਟੀ ਡੀਲਰ ਸਾਡਾ ਵੀਰ,
इधर सुहाने दे पॉइंट आ साढ़े तेरह चौदह फरवरी कहते गुरुद्वारे मस्कियाना साहब मुलापुर पिंड रौनक लगनी है साढ़े वीर ज्ञानी होनी हानी वर्गी चौदह फरवरी वड्डा खेड़ मेला करवाया जा रहा मुलापुर पिंड दे विच उत्थे भी रौनक रहेगी चौदह फरवरी ਪ੍ਰਬੰਧਕ ਵੀਰ ਕਹਿੰਦੇ ਵੀ ਅਸੀਂ ਰਿਜ਼ਲਟ ਜਿਹੜਾ ਹੈ ਪੂਰਾ ਸਾਰਾ ਕੁਝ ਦੇਖ ਕੇ ਰਿਜ਼ਲਟ ਉਹਨਾਂ ਨੇ ਦਿੱਤਾ ਵੀ ਸਰਾਵਾਂ ਵਾਲੇ ਸੁਖਵੀਰ ਦੀ ਟੀਮ ਜਿਹੜੀ ਜੇਤੂ ਹੈ ਦੋਸਤੋ ਤੁਸੀਂ ਇਹ ਮੈਚ ਦੇਖਿਆ ਇਹ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਜ਼ਰੂਰ ਲਿਖੋ ਨਾਲ ਹੀ ਇਸ ਮੈਚ ਦੇ ਵਿੱਚੋਂ ਤੁਹਾਡਾ ਪਸੰਦੀਦਾ ਖਿਡਾਰੀ ਕਿਹੜਾ ਰਿਹਾ ਇਹ ਵੀ ਕਮੈਂਟ ਬਾਕਸ ਜ਼ਰੂਰ ਲਿਖੋ ਤੁਹਾਨੂੰ ਰਿਕੁਐਸਟ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਔਰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜਾਂਦੇ ਜਾਂਦੇ ਲਾਈਕ ਔਰ ਸ਼ੇਅਰ ਜ਼ਰੂਰ ਕਰਕੇ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।